ਅਸੀਂ ਪਹੁੰਚ ਚੁੱਕੇ ਹਾਂ ਹੁਣ ਵੈਰੀਨਾਗ ਦੀ ਮਾਰਕੀਟ ਦੇ ਵਿੱਚ। ਮਾਰਕੀਟ ਪੂਰੀ ਹਲੇ ਬੰਦ ਹੈ ਕਿਉਂਕਿ ਟਾਈਮ ਥੋੜ੍ਹਾ ਹੀ ਹੋਇਆ, 8 ਵਜੇ ਹਲੇ। ਅੱਗੇ ਜਿਹੜਾ ਵੈਰੀਨਾਗ ਚਸ਼ਮਾ ਉਹ ਤੁਹਾਨੂੰ ਦਿਖਾਵਾਂ। ਇਹ ਹੈ ਜੀ ਗੇਟ ਨੰਬਰ 2 ਵੈਰੀਨਾਗ ਅਤੇ ਮੁਗਲ ਗਾਰਡਨ। ਇਹ ਗੇਟ ਬੰਦ ਆ ਹੁਣ, ਗੇਟ ਨੰਬਰ 1 ਵਿੱਚ ਦੀ ਦੇਖਦੇ ਹਾਂ ਜਾਂਦੇ। ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਵੈਰੀਨਾਗ ਚਸ਼ਮੇ ਦੇ ਅਤੇ ਮੁਗਲ ਗਾਰਡਨ, ਦੋਵੇਂ ਇੱਕੋ ਜਗ੍ਹਾ ਇਹ ਗੇਟ ਨੰਬਰ 3 'ਤੇ। ਵਧੀਆ ਦਰਖਤ ਨਾਲ ਲੱਦੇ ਹੋਏ ਪਹਾੜ ਆ, ਚਨਾਰ ਦਾ ਦਰਖਤ ਆ ਵਿੱਚ। ਹਜੇ ਥੋੜ੍ਹਾ ਟਾਈਮ ਰਹਿੰਦਾ ਹੈਗਾ ਗੇਟ ਖੁੱਲ੍ਹਣ ਦੇ ਵਿੱਚ, ਉਹਨਾਂ ਟਾਈਮ ਵਿੱਚ ਆਸੇ ਪਾਸੇ ਵਿਊ ਜਿਹੜਾ ਉਹ ਦੇਖਦੇ ਹਾਂ। ਇਹ ਹੈ ਵੈਰੀਨਾਗ ਦੇ ਅੱਗੇ ਬਣਿਆ ਹੋਇਆ ਇੱਕ ਰੈਸਟੋਰੈਂਟ ਅਤੇ ਇਸ ਦੇ ਆਸੇ ਪਾਸੇ ਦਾ ਵਿਊ ਬਹੁਤ ਹੀ ਸੋਹਣਾ ਵਿਊ ਆ। ਹੁਣ ਸਾਡਾ ਇਰਾਦਾ ਬਣਿਆ ਵੀ ਇੱਥੋਂ ਬ੍ਰੇਕਫਾਸਟ ਕਰ ਲਈਏ। ਆ ਇੱਥੇ ਬੋਰਡ ਲੱਗਿਆ ਹੋਇਆ ਜਿਹੜਾ ਵੈਰੀਨਾਗ ਦੇ ਨੇੜੇ ਤੇੜੇ ਪਲੇਸਿਸ ਦਾ। ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ। ਬ੍ਰੇਕਫਾਸਟ ਕਰਨ ਰੁਕੇ ਸੀ, ਬਹੁਤ ਹੀ ਵਧੀਆ ਹੋਟਲ। ਦੇਖੋ ਸਾਰੀ ਸੰਗਤ ਸਾਡੀ ਜਿਹੜੀ ਬੈਠ ਗਈ ਹੈ। ਇਹ ਹੈ ਜੀ ਵੈਰੀਨਾਗ ਸਪ੍ਰਿੰਗ। ਇਸ ਦੀ ਜਿਹੜੀ ਅਸੀਂ ਮੇਨ ਵੀਡੀਓ ਬਣਾਈ ਸੀ ਉਹ ਰਿਕਾਰਡ ਨਹੀਂ ਹੋਈ, ਸਹੀ ਨਹੀਂ ਸੀ, ਤਾਂ ਕਰਕੇ ਜਿਹੜੀ ਸ਼ੋਰਟ ਪਏ ਸੀ ਉਸ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ। ਉਸ ਚਸ਼ਮੇ ਦੇ ਵਿੱਚੋਂ ਪਾਣੀ ਨਿਕਲ ਕੇ ਦੇਖੋ ਕਿੰਨੀ ਤੇਜ਼ੀ ਨਾਲ ਅੱਗੇ ਜਾ ਰਿਹਾ। ਆਸੇ ਪਾਸੇ ਵਧੀਆ ਫੁੱਲ ਲੱਗੇ ਆ, ਗਾਰਡਨ ਬਣਿਆ ਹੋਇਆ। ਆਹ ਮੰਦਰ ਬਣਿਆ ਹੋਇਆ। ਆਹ ਇੱਕ ਛੋਟਾ ਚਸ਼ਮਾ, ਇਹਦੇ 'ਚੋਂ ਕਲੀਅਰ ਦੱਸ ਰਿਹਾ ਵੀ ਪਾਣੀ ਕਿਸ ਤਰੀਕੇ ਨਾਲ ਨਿਕਲਦਾ ਸੀ। ਕਿਸ ਤਰ੍ਹਾਂ ਪਾਣੀ ਨਿਕਲ ਰਿਹਾ ਥੱਲੇ ਤੋਂ। ਆ ਚਨਾਰ ਦੇ ਦਰਖਤ ਬਹੁਤ ਹੀ ਵੱਡੇ। ਉਹ ਚਸ਼ਮੇ ਦੇ ਪਾਣੀ ਇਹਦੇ ਨਾਲ ਹੀ ਰਲ ਜਾਂਦਾ। ਅੱਗੇ ਉਹ ਬਹੁਤ ਦੂਰ ਤੱਕ ਇਹ ਸਾਰਾ ਮੁਗਲ ਗਾਰਡਨ ਆ। ਇੱਧਰਲੀ ਸਾਈਡ ਆ ਉਹ ਮੇਨ ਜਿਹੜਾ ਚਸ਼ਮਾ ਗਾ ਵੈਰੀਨਾਗ। ਦੇਖੋ ਫੁੱਲ ਇਹ ਸੀ ਸਾਡਾ ਇਸ ਟ੍ਰਿਪ ਦਾ, ਕਸ਼ਮੀਰ ਦਾ ਲਾਸਟ
ਸਪੋਟ ਵੈਰੀ ਨਾਗ ਸਪਰਿੰਗ ਹੁਣ ਅਸੀਂ ਪੰਜਾਬ ਵੱਲ ਨੂੰ ਚੱਲਦੇ ਇਹ ਹੈ ਜੀ ਪਿਕਨਿਕ ਸਪੋਟ ਪਤਨੀ ਟੋਪ ਇੱਧਰਲੀ ਸਾਈਡ ਆ ਜਿਹੜਾ ਇਹ ਬਣਿਆ ਹੋਇਆ ਉੱਤਰ ਰੇਲਵੇ ਦਾ ਗੈਸਟ ਹਾਊਸ ਬਹੁਤ ਹੀ ਉੱਚੇ ਉੱਚੇ ਦਰਖਤ ਆ ਸਾਰੇ ਟੂਰਾਂ ਨੂੰ ਕਵਰ ਕਰਦੇ ਆ ਵਲੌਗ ਬਣਾ ਕੇ ਸਾਂਭਦੇ ਆ ਖਜ਼ਾਨਾ ਹਰਜੀਵਨ ਜੀ ਤਕਰੀਬਨ ਜਿਹੜਾ ਇੰਨਾ ਕੀ ਇਲਾਕਾ ਇਹ ਇੱਕ ਥੱਲੇ ਸੀ ਉਹ ਚਿਲਡਰਨ ਪਾਰਕ ਸੀ ਛੋਟੇ ਛੋਟੇ ਝੂਲੇ ਲੱਗੇ ਹੋਏ ਬੱਚਿਆਂ ਵਾਸਤੇ ਦਰਖਤ ਬਹੁਤ ਉੱਚੇ ਉੱਚੇ ਰਾਜਦੀਪ ਸਰ ਰਾਜਨ ਕਰਨਦੀਪ ਫੋਟੋਗ੍ਰਾਫੀ 'ਚ ਬਿਜੀ ਆ ਇਹ ਬਣਿਆ ਹੋਇਆ ਜੀ ਇੱਥੇ ਪਿਕਨਿਕ ਸਪੋਟ 'ਤੇ ਇੱਕ ਰੈਸਟੋਰੈਂਟ ਚਾਏ ਸੂਟਾ ਬਾ ਦਰਖਤ ਦੇਖੋ ਕਿੱਡੇ ਉੱਚੇ ਉੱਚੇ ਪਤਨੀ ਟੋਪ ਤੋਂ ਅੱਗੇ ਨੂੰ ਜਾ ਰਹੇ ਹਾਂ ਹੁਣ ਰਾਸਤੇ ਦੇ ਵਿਊ ਦੇਖੋ ਕਿੰਨੇ ਸੋਹਣੇ ਇਹ ਆ ਜੀ ਪਤਨੀ ਟੋਪ ਦਾ ਮੇਨ ਸਪੋਟ ਕਰਨਦੀਪ ਸਾਹਿਬ ਨਿਸ਼ਾਨੇ ਲਾ ਰਹੇ ਆ ਬੱਦਲ ਦੇਖੋ ਬਿਲਕੁਲ ਥੱਲੇ ਛੋਟੀ ਜਿਹੀ ਬੈਂਦੀ ਕਿੰਨੇ ਦੀ ਵੈਸੇ ਇੱਥੇ ਬਣੇ ਹੋਇਆ ਕੇਬਲ ਕਾਰ ਹੁਣ ਇੱਥੋਂ ਅਸੀਂ ਚੱਲੇ ਹਾਂ ਵਾਪਸ ਪੰਜਾਬ ਵੱਲ